ਵੱਡੀ ਖਬਰ ਮੁਹਾਲੀ ਦੇ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਦਫ਼ਤਰ ਦੇ ਬਾਹਰ ਹੋਏ ਬਲਾਸਟ ਦੇ ਨਾਲ ਜੁੜੀ ਹੋਈ ਹੈ ਇਸ ਮਾਮਲੇ ਦੇ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਦਾਵਾ ਕੀਤਾ ਹੈ ਕਿ ਇਹ ਹਮਲਾ ਖਾੜਕੂਆਂ ਅਤੇ ਗੈਂਗਸਟਰਾਂ ਦੀ ਸਾਂਝੀ ਕਾਰਵਾਈ ਦੇ ਨਾਲ ਹੋਇਆ ਪੁਲਿਸ ਨੇ ਕਿਹਾ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਗੈਂਗਸਟਰਾਂ ਦੇ ਨਾਲ ਮਿਲ ਕੇ ਇਹ ਹਮਲਾ ਕੀਤਾ ਹੈ ਹਮਲਾਵਰਾਂ ਦੇ ਵਿੱਚੋਂ 6 ਜਣੇ ਗ੍ਰਿਫਤਾਰ ਕੀਤੇ ਗਏ ਨੇ 3 ਹੋਰਾਂ ਦੀ ਭਾਲ ਜਾਰੀ ਹੈ ਪੰਜਾਬ ਪੁਲਿਸ ਦੇ ਮੁਖੀ ਵੀ ਕੇ ਭਵਰਾਨੇ ਪੁਲਿਸ ਹੈੱਡਕੁਆਰਟਰ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਵਾ ਕੀਤਾ ਕਿ ਡਿਫੈਂਸ ਅਤੇ ਪੁਲਿਸ ਖਾੜਕੂਆਂ ਦੇ ਨਿਸ਼ਾਨੇ ਉੱਤੇ ਐਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਖੁਫੀਆ ਵਿੰਗ ਦੀ ਬਿਲਡਿੰਗ ਦੇ ਉੱਤੇ ਆਰਪੀਜੀ ਦਾਗਣ ਵੇਲੇ ਤਿੰਨ ਮੁਲਜ਼ਮਾਂ ਦੇ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ 9 ਮਈ ਨੂੰ ਹਮਲੇ ਤੋਂ ਪਹਿਲਾਂ ਵਿੰਗ ਦੀ ਬਿਲਡਿੰਗ ਦੇ ਆਲੇ-ਦੁਆਲੇ ਰੇਕੀ ਕੀਤੀ ਗਈ ਹਮਲੇ ਦਾ ਸਮਾਂ ਉਹ ਚੁਣਿਆ ਗਿਆ ਜਦੋਂ ਬਿਲਡਿੰਗ ਦੇ ਵਿੱਚੋਂ ਆਫੀਸਰ ਡਿਊਟੀ ਪੂਰੀ ਕਰਕੇ ਜਾ ਚੁੱਕੇ ਸੀ ਇਮਾਰਤ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ 7 ਮਈ ਤੱਕ ਹਮਲਾਵਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਲੁਕੇ ਰਹੇ ਪੁਲਿਸ ਮੁਖੀ ਨੇ ਇੱਕ ਹੋਰ ਵੀ ਖੁਲਾਸਾ ਕੀਤਾ ਕਿ ਹਿਰਾਸਤ ਵਿੱਚ ਲਏ ਗਏ ਨਿਸ਼ਾਨ ਸਿੰਘ ਜਿਹੜਾ ਕਿ ਮੁੱਖ ਸਾਜ਼ਿਸ਼ਕਾਰਾ ਹੈ ਉਸ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਕਿਉਂਕਿ ਉਹ ਪਹਿਲਾਂ ਹੀ ਫਰੀਦਕੋਟ ਪੁਲਿਸ ਦੀ ਹਿਰਾਸਤ ਵਿੱਚ ਹੈ ਦੂਜੇ ਮੋਲਜਮਾਂ ਦੇ ਵਿੱਚੋਂ ਕੰਵਰ ਬਾਠ ਬਲਜੀਤ ਕੌਰ ਬਲਵਿੰਦਰ ਰੈਂਬੋ ਸੋਨੂ ਅਤੇ ਜਗਦੀਪ ਕੰਗ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਉਹਨਾਂ ਨੇ ਕਿਹਾ ਕਿ ਮੁੱਖ ਸਾਜ਼ਿਸ਼ਕਾਰੇ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਇਸ ਕੇਸ ਦੇ ਵਿੱਚ ਬਾਅਦ ਵਿੱਚ ਕੀਤੀ ਜਾਵੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਹਮਲੇ ਦੇ ਵਿੱਚ ਸ਼ਾਮਲ ਤਿੰਨ ਹੋਰ ਚੜਤ ਸਿੰਘ ਮੋ ਮੁਹੰਮਦ ਨਸੀਮ ਆਲਮ ਤੇ ਮੁਹੰਮਦ ਸ਼ਰਫ ਅਲੀ ਦੀ ਭਾਲ ਕੀਤੀ ਜਾ ਰਹੀ ਹੈ। ਡੀਜੀਪੀ ਨੇ ਦੱਸਿਆ ਕਿ ਨਿਸ਼ਾਨ ਸਿੰਘ ਦੇ ਰਿਸ਼ਤੇਦਾਰ ਸੋਨੂ ਅਤੇ ਇੱਕ ਹੋਰ ਜਗਦੀਪ ਸਿੰਘ ਨੇ 7 ਮਈ ਤੋਂ ਬਾਅਦ ਹਮਲਾਵਰਾਂ ਨੂੰ ਆਪਣੇ ਘਰ ਦੇ ਵਿੱਚ ਸ਼ਰਨ ਦਿੱਤੀ ਸੀ। ਉਹ ਵੇਵ ਸਟੇਟ ਦੇ ਰਹਿਣ ਵਾਲੇ ਸਨ ਖੁਫੀਆ ਵਿੰਗ ਦੀ ਬਿਲਡਿੰਗ ਉੱਤੇ ਆਰਪੀਜੀ ਦਾਗਣ ਵੇਲੇ ਦੋਵੇਂ ਮੌਜੂਦ ਰਹੇ। ਪੁਲਿਸ ਮੁਖੀ ਨੇ ਦੱਸਿਆ ਕਿ ਪਾਕਿਸਤਾਨ ਬੈਠੇ ਵਧਾਵਾ ਸਿੰਘ ਦੀ ਹਮਲਾਵਰਾਂ ਨੂੰ ਸਰਪ੍ਰਸਤੀ ਹਾਸਲ ਹੈ ਇਹ ਦਾਵਾ ਕੀਤਾ ਗਿਆ ਹੈ। ਉਨ੍ਹਾਂ ਦੇ ਮੁਤਾਬਕ ਨਿਸ਼ਾਨ ਸਿੰਘ ਦੇ ਗ੍ਰਾਈ ਕੰਵਰ ਬਾਠ ਅਤੇ ਬਲਜੀਤ ਕੌਰ ਨੇ ਹਮਲਾਵਰਾਂ ਨੂੰ 7 ਮਈ ਤੱਕ ਆਪਣੇ ਘਰ ਦੇ ਵਿੱਚ ਰੱਖਿਆ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਡੀਜੀਪੀ ਨੇ ਦੱਸਿਆ ਕਿ ਆਰਪੀਜੀ ਪਾਕਿਸਤਾਨ ਤੋਂ ਇੱਧਰ ਪਹੁੰਚਾਈ ਗਈ ਲੱਗਦੀ ਹੈ ਹਾਲਾਂਕਿ ਪੱਕੇ ਤੌਰ ਤੇ ਤਾਂ ਉਹਨਾਂ ਨੇ ਨਹੀਂ ਕਿਹਾ ਪਰ ਸੰਭਾਵਨਾ ਦੱਸੀ ਹੈ ਉਹਨਾਂ ਨੇ ਕਿਹਾ ਕਿ ਰੂਸ ਜਾਂ ਬੈਲਜੀਅਮ ਦੇ ਵਿੱਚ ਬਣਾਈ ਗਈ ਸੀ ਜਿਹੜੀ ਕਿ ਪਾਕਿਸਤਾਨ ਤੋਂ ਇੱਧਰ ਸਪਲਾਈ ਕੀਤੀ ਗਈ ਮੁਲਜ਼ਮ ਲਖਵੀਰ ਲਾਂਡਾ ਦੇ ਵੱਲੋਂ ਲੋਕੇਸ਼ਨ ਦੀ ਜਾਣਕਾਰੀ ਦਿੱਤੀ ਜਾਂਦੀ ਰਹੀ ਉਹਨਾਂ ਦਾ ਇਹ ਵੀ ਦੱਸਣਾ ਸੀ ਕਿ ਲਾਂਡਾ 2017 ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਪਰ ਉਸ ਵਿਰੁੱਧ ਪੰਜਾਬ ਦੇ ਵਿੱਚ ਕਈ ਕੇਸ ਦਰਜ ਨੇ ਡੀਜੀਪੀ ਵੀਕੇ ਭਮਰਾਂ ਨੇ ਦਾਵਾ ਕੀਤਾ ਕਿ ਪਠਾਨਕੋਟ ਮਿਲਟਰੀ ਬੇਸ ਨਵਾਂ ਸ਼ਹਿਰ ਸੀਆਈਏ ਸਟਾਫ ਅਤੇ ਰੋਪੜ ਪੁਲਿਸ ਥਾਣੇ ਨੂੰ ਇਸੇ ਕੜੀ ਤਹਿਤ ਨਿਸ਼ਾਨਾ ਬਣਾਇਆ ਗਿਆ ਇਹ ਵੀ ਦਾਵਾ ਕੀਤਾ ਕਿ ਪੰਜਾਬ ਪੁਲਿਸ ਚੁਣੌਤੀਆਂ ਨਾਲ ਨਜਿੱਠਣ ਦੇ ਸਮਰੱਥ ਵੀ ਹੈ ਖਾੜਕੂਆਂ ਜਾਂ ਗੈਂਗਸਟਰਾਂ ਦੇ ਨਾਲ ਸਿੱਜਣ ਦੀ ਜਾਂਚ ਵੀ ਰੱਖਦੀ ਹੈ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ਹਾਲਾਂਕਿ ਡੀਜੀਪੀ ਟਾਲਾ ਵਟ ਗਏ ਹੁਣ ਜੋ ਉਹਨਾਂ ਨੇ ਖੁਫੀਆ ਵਿੰਗ ਉੱਤੇ ਹਮਲੇ ਨਾਲ ਸਬੰਧਤ ਜਾਣ ਦੀ ਵੀ छानਣਾ ਲਾ ਕੇ ਹੀ ਦਿੱਤੀ ਹੈ باوجود ਇਸ ਤੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਇਸੇ ਪੱਖਵੇਂ ਮੁੱਦੇ ਨੂੰ ਲੈ ਕੇ ਰੱਖੀ ਗਈ ਸੀ ਪਰ ਫਿਰ ਵੀ ਜਾਣਕਾਰੀ ਹੈ ਜਿਹੜੀ ਉਹ ਛਾਣ-ਛਾਣ ਕੇ ਦਿੱਤੀ ਗਈ ਤੇ ਡੀਜੀਪੀ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਇਹ ਵੀ ਅਹਿਮ ਜਾਣਕਾਰੀ ਮਿਲੀ ਮੁਹਾਲੀ ਹਮਲੇ ਦੇ ਨਾਲ ਸਬੰਧਿਤ ਕਿ ਪੁਲਿਸ ਨੇ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ ਦਿੱਲੀ ਤੋਂ ਜਗਦੀਪ ਕੰਗਨਾ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਵੀ ਲੈ ਲਿਆ ਇਸ ਸ਼ਖਸ ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਦਾ ਕਥਿਤ ਤੌਰ ਤੇ ਨਜ਼ਦੀਕੀ

He shifted to Canada. He is a close associate of Harvinder Rinda, Jira Sare Jande. That he is in the close proximity of Vadawa Singh and Pak ISI, and he operates from Pakistan. So, Rinda and Landa, this axis, so we can see that. Uh, BKI and gangster ye jara access hai inane milke kittha hai and of course uh, with the backing of PACAI